ਜੀ ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕੁਮ ਨਾਜ਼ਰੀਨ, ਚੁਗਲੀਆਂ ਪ੍ਰੋਗਰਾਮ ਦੇ ਨਾਲ ਸ਼ਫੀਕੁਰ ਰਹਿਮਾਨ ਤੁਹਾਡਾ ਉਸ ਤੁਹਾਡੀ ਖਿਦਮਤ ਚਾਦਰ ਹੈ। ਨਾਜ਼ਰੀਨ, ਅੱਲਾਹ ਤਾਲਾ ਨੇ ਦਾਵਤ ਦਾ ਹੁਕਮ ਜਿਹੜਾ ਨਾ ਸਾਨੂੰ ਆਪਣੀ ਹਰ ਕੌਮ ਨੂੰ ਔਰ ਪੂਰੀ ਇਨਸਾਨੀਅਤ ਨੂੰ ਇਹ ਦਿੱਤਾ ਹੈ ਕਿ ਜਿੱਥੇ ਜਿੱਥੇ ਤੱਕ ਵੀ ਉਹਦਾ ਪੈਗਾਮ ਪਹੁੰਚਦਾ ਪਹੁੰਚਾਓ, ਇਹ ਹਰ ਇਨਸਾਨ ਦੀ ਜ਼ਿੰਮੇਦਾਰੀ ਹੈ। ਅਤੇ ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ, ਕਿਸ ਹਵਾਲੇ ਨਾਲ ਗੱਲ ਹੋਈ, ਇਰਫਾਨ ਹਾਸ਼ਮੀ ਸਾਹਿਬ ਦੇ ਨਾਂ ਤੋਂ, ਤੁਸੀਂ ਬਖੂਬੀ ਵਾਕਫ ਹੋ, ਬਹੁਤ ਸਾਰੇ ਡਰਾਮਿਆਂ 'ਚ ਉਹਨਾਂ ਨੇ ਕੰਮ ਕੀਤਾ, ਸਕਰੀਨ 'ਤੇ ਆਉਣਗੇ ਤਾਂ ਬਿਲਕੁਲ ਤੁਸੀਂ ਪਹਿਚਾਣ ਜਾਓਗੇ। ਮੁਖਤਲਿਫ ਕਿਰਦਾਰਾਂ ਦੇ ਨਾਂ ਹਵਾਲੇ ਨਾਲ ਉਹਨਾਂ ਨੂੰ ਜਾਣਿਆ ਜਾਂਦਾ। ਉਂਗਲਾਂ ਦੇ ਨਾਂ ਨਾਲ ਕ੍ਰਿਕਟਰ ਬਹੁਤ ਮਸ਼ਹੂਰ ਹੋਇਆ ਸੀ, ਫਿਰ ਆਪਣਾ ਮਾਨਾ ਦੇ ਨਾਂ ਤੋਂ ਬੜੇ ਮਸ਼ਹੂਰ ਹੋਏ ਸਨ। ਅਤੇ ਉਹਨਾਂ ਦੇ ਨਾਲ ਸਾਡੇ ਸਟੂਡੀਓ ਮੌਜੂਦ ਨੇ ਚੌਧਰੀ ਇਕਰਾਮ ਸਾਹਿਬ, ਪ੍ਰਮੋਟਰ ਨੇ, ਜਪਾਨ ਦੇ ਵਿੱਚ ਬਹੁਤ ਸਾਰੇ ਸ਼ੋਅ ਆਰਗਨਾਈਜ਼ ਕੀਤੇ ਨੇ, ਇੰਡੀਅਨ ਆਰਟਿਸਟਾਂ ਦੇ ਨਾਲ ਬੜਾ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ। ਅਤੇ ਸਾਡੇ ਤੀਸਰੇ ਮਹਿਮਾਨ ਨੇ ਇਮਰਾਨ ਖਾਨ, ਕੈਮਰਾਮੈਨ ਨੇ ਸਾਡੇ, ਐਕਟਰ ਨੇ ਬੜੇ ਅੱਛੇ ਤੁਹਾਡੇ ਲੋਕਲ। ਅਤੇ ਅਸੀਂ ਇਰਫਾਨ ਹਾਸ਼ਮੀ ਸਾਹਿਬ ਕੋਲ ਅੱਜ ਦੇ ਪ੍ਰੋਗਰਾਮ 'ਚ ਪੁੱਛਾਂਗੇ ਕਿ ਤੇ ਐਕਟਰ ਨੇ ਉਹ, ਔਰ ਬਹੁਤ ਅੱਛੇ ਐਕਟਰ ਨੇ, ਅੱਲਾਹ ਤਾਲਾ ਨੇ ਬੜੀ ਉਹਨਾਂ ਨੂੰ ਸ਼ੋਹਰਤ ਤੋਂ ਵੀ ਨਵਾਜ਼ਿਆ, ਦੁਨੀਆ ਜਾਣੇ ਪਹਿਚਾਣੇ ਜਾਂਦੇ ਨੇ, ਕਿ ਉਹਨਾਂ ਨੂੰ ਕਿਸ ਤਰ੍ਹਾਂ ਖਿਆਲ ਆਇਆ ਇਹ ਜਿਹੜਾ ਮਜ਼ਹਬ ਹਰ ਇਨਸਾਨ ਦਾ ਇੱਕ ਅੱਲਾਹ ਦੇ ਨਾਲ ਇੱਕ ਤਾਲੁਕ ਹੈ, ਕਿ ਉਹ ਨਮਾਜ਼ ਪੜ੍ਹਦਾ, ਰੋਜ਼ੇ ਰੱਖਦਾ, ਜਾਂ ਜਿਤਨੇ ਵੀ ਅਹਿਕਾਮੇ ਇਲਾਹੀ ਦੇ ਉੱਤੇ ਉਹ ਅਮਲ ਪੈਦਾ ਹੁੰਦਾ, ਕਿ ਉਹਨਾਂ ਨੂੰ ਕਿਸ ਤਰ੍ਹਾਂ ਖਿਆਲ ਆਇਆ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਤਬਦੀਲੀ ਜਿਹੜੀ ਆਈ ਹੈ, ਇਹ ਵੀ ਅੱਜ ਅਸੀਂ ਪ੍ਰੋਗਰਾਮ 'ਚ ਉਹਨਾਂ ਕੋਲ ਪੁੱਛਾਂਗੇ। ਅਤੇ ਮੈਂ ਆਪਣੇ ਪ੍ਰੋਗਰਾਮ 'ਚ ਉਹਨਾਂ ਨੂੰ ਵੈਲਕਮ ਕਰਨਾ ਜੀ, ਖੁਸ਼ਾਮਦੀਦ ਇਰਫਾਨ ਹਾਸ਼ਮੀ ਸਾਹਿਬ, ਅਤੇ ਆਪਣਾ ਚੌਧਰੀ ਇਕਰਾਮ ਸਾਹਿਬ ਤੁਹਾਨੂੰ ਵੀ ਵੈਲਕਮ ਕਹਿੰਦੇ, ਅਸੀਂ ਇਮਰਾਨ ਸਾਹਿਬ ਤੁਹਾਨੂੰ ਵੀ ਵੈਲਕਮ ਕਹਿੰਦੇ। ਅਤੇ ਇਰਫਾਨ ਸਾਹਿਬ, ਸਭ ਤੋਂ ਪਹਿਲੇ ਦੱਸੋ ਕਿ ਕਿੰਨਾ ਅਰਸਾ ਹੋ ਗਿਆ ਤੁਹਾਨੂੰ ਆਪਣਾ ਟੈਲੀਵਿਜ਼ਨ 'ਚ, ਥੀਏਟਰ 'ਚ ਕੰਮ ਕਰਦੇ ਹਾਂ। ਸਭ ਤੋਂ ਪਹਿਲੇ ਤੁਸੀਂ ਇਹ ਦੱਸੋ ਮੈਨੂੰ ਜੀ ਜੀ, ਇਸ ਪ੍ਰੋਗਰਾਮ ਦਾ ਨਾਮ ਤੁਸੀਂ ਲਿਖਿਆ ਚੁਗਲੀਆਂ, ਬਿਲਕੁਲ ਰੱਖਿਆ, ਕਿੰਨੇ ਸੋਚਿਆ? ਪਹਿਲੇ ਮੈਨੂੰ ਇਹ ਦੱਸੋ ਚੁਗਲੀਆਂ, ਮੈਂ ਫਸਟ ਟਾਈਮ ਇਹ ਪ੍ਰੋਗਰਾਮ ਦਾ ਨਾਂ ਸੁਣ ਰਿਹਾ, ਵੈਸੇ ਵੀ ਫਿਲਮ ਦੇ ਵਿੱਚ ਨਹੀਂ ਸੁਣਿਆ ਨਾ ਥੀਏਟਰ ਦੇ, ਇੱਥੇ ਆ ਕੇ ਸੁਣਿਆ ਪ੍ਰੋਗਰਾਮ ਦਾ ਨਾਂ ਚੁਗਲੀਆਂ, ਤੁਸੀਂ ਰੱਖਿਆ ਜਾਂ ਕਿਸੇ ਹੋਰ? ਬਿਲਕੁਲ, ਪਹਿਲੇ ਮੈਂ ਗੱਲ ਫਿਰ ਅੱਗੇ ਵਧੇ, ਬੜੀ ਅੱਛੀ ਗੱਲ ਤੁਸੀਂ ਐਕਸਪਲੇਨ ਕਰਨ ਦਾ ਦੁਬਾਰਾ, ਬਿਲਕੁਲ, ਕਿਉਂਕਿ ਮੇਰਾ ਵੀ ਤਾਲੁਕ ਪਾਕਿਸਤਾਨ ਫਿਲਮ ਇੰਡਸਟਰੀ ਨਾਲ ਹੀ, ਠੀਕ ਹੈ ਜੀ, ਇੱਥੇ ਆ ਕੇ ਅਸੀਂ ਬੈਠੇ, ਮੀਡੀਆ ਦਾ ਕੰਮ ਕੀਤਾ, ਮੀਡੀਆ ਦਾ ਤਾਂ ਇੱਕ ਹਵਾਲਾ ਵੀ ਬਣ ਸਕਦਾ, ਜਿਸ ਵੀ ਤੁਸੀਂ ਧੰਦੇ ਚਲੇ ਜਾਓ, ਕਾਰੋਬਾਰ ਘਰ ਬਾਹਰ, ਤੇ ਅਕਸਰ ਉੱਥੇ ਚੁਗਲੀਆਂ ਸੁਣਨ ਦਾ ਮੌਕਾ ਮਿਲਦਾ, ਕਿ ਇੱਕ ਦੋ ਬੰਦੇ ਬੈਠੇ ਨੇ ਆਪਸ 'ਚ ਤੀਸਰੇ ਕਰ ਰਹੇ ਨੇ, ਠੀਕ ਹੈ, ਜਦੋਂ ਕਿ ਸਾਡੇ ਮਜ਼ਹਬ ਇਸਲਾਮ ਦੇ ਵਿੱਚ ਸਖਤੀ ਨਾਲ ਮਨਾ ਕੀਤਾ ਗਿਆ ਕਿ ਵੀ ਚੁਗਲੀ ਨਾ ਕਰੋ, ਬਲਕਿ ਹਦੀਸ ਸ਼ਰੀਫ ਹੈ ਕਿ ਜਿਹੜਾ ਕਿਸੇ ਚੁਗਲੀ ਕਰਦਾ ਮੁਰਦਾ ਬਾਈ ਕਾ ਉਹ ਗੋਸ਼ਤ ਖਾਤਾ ਹੈ, ਠੀਕ ਹੈ। ਇਹ ਦੋ ਗੱਲਾਂ ਮੈਂ ਤੇਰਾ ਵਜ਼ਾਹਤ ਕਰ ਰਿਹਾ ਤੁਹਾਡੇ ਜੀ, ਤੇ ਚੁਗਲਖੋਰ ਜੀ 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 ਜੀ, ਹਦੀਸ ਸ਼ਰੀਫ ਦਾ ਮਫਹੂਮ ਹੈ ਚੁਗਲਖੋਰ, ਹਦੀਸ ਸ਼ਰੀਫ ਦਾ ਮਫਹੂਮ ਹੈ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ, ਚੁਗਲਖੋਰ ਜੰਨਤ ਮੇਂ ਨਹੀਂ ਜਾਏਗਾ ਜੀ ਜੀ, ਮਫਹੂਮ ਗੀਬਤ ਐਸੀ ਹੈ ਜੈਸੇ ਮੁਰਦਾ ਬਾਈ ਕਾ ਗੋਸ਼ਤ ਕਾ, ਇਹ ਦੋ ਗੱਲਾਂ ਹੋ ਸਕੇ ਆਇੰਦਾ ਤੋਂ ਅਸੀਂ, ਥੈਂਕ ਯੂ, ਅਸੀਂ ਤੇ ਸਲਾਹ ਨਹੀਂ ਆਏ ਸੀ ਕਿਸੇ ਨੂੰ ਤਨਕੀਦ ਕਰਨ ਨਹੀਂ ਆਏ ਜੀ ਜੀ, ਗੀਬਤ ਕਰਨ ਵਾਲਾ ਐਸੇ ਜੈਸੇ ਮੁਰਦਾ ਬਾਈ ਕਾ ਗੋਸ਼ਤ ਕਾ ਜੀ ਜੀ, ਇਹ ਦੋਨੋਂ ਬਾਤੇ ਅਲੱਗ ਅਲੱਗ ਠੀਕ ਹੈ। ਅੱਛਾ, ਚੁਗਲੀਆਂ ਤੋਂ ਗੱਲ ਹੋ ਰਹੀ ਸੀ ਕਿ ਚੁਗਲੀਆਂ ਨਾ ਤੁਸੀਂ ਦੇਖਿਆ ਜਾਂ ਕਿਸੇ ਬਿਲਕੁਲ, ਇਹ ਜ਼ਰਾ ਵਜ਼ਾਹਤ ਕਰੋ, ਇਹ ਮੈਂ ਹੀ ਨਾਂ ਰੱਖਿਆ ਇਹਦਾ ਚੁਗਲੀਆਂ, ਸਹੀ, ਤਾਂ ਕਿ ਮਤਲਬ ਕਿ ਸਮਝ ਨਹੀਂ ਆਉਂਦੀ ਕਿ ਮੁਨਫਰਿਦ ਜਿਹਾ ਇੱਕ ਤਾਂ ਨਾਂ ਹੈ, ਕਿ ਚਲੋ ਲੋਕਾਂ ਨੂੰ ਸ਼ਾਇਦ ਅਹਿਸਾਸ ਹੋਵੇ ਕਿ ਅਸੀਂ ਜਾਣੇ ਅਣਜਾਣੇ ਦੇ ਵਿੱਚ ਕਿਤੇ ਜਗ੍ਹਾ ਤੇ ਬੈਠਨੇ ਜਾ ਕੇ
ਤੇ ਖਾਮ ਖਾ ਯਾਨੀ ਹੈ ਨਾ ਵੀ ਚਾਹੁੰਦੇ ਹੋਏ ਤੇ ਉਹ ਸ਼ੁਰੂ ਹੋ ਜਾਂਦੇ ਯਾਰ ਫਲਾਂ ਬੰਦਾ ਮਿਲਿਆ ਸੀ ਉਹ ਛੱਡੋ ਜੀ। ਅੱਛਾ ਚੁਗਲੀ ਬੇਸਿਕਲ ਤੇ ਇਲਜ਼ਾਮ ਹੈ ਕਿਸੇ ਦੇ ਉੱਤੇ ਝੂਠਾ ਇਲਜ਼ਾਮ ਲਾਉਣਾ ਕਿ ਇੱਕ ਸ਼ਖਸੀਅਤ ਹੈ ਹੀ ਨਹੀਂ ਅਸੀਂ ਇੱਕ ਤੇ ਨਾ ਗਿਬਤ ਸ਼ਾਇਦ ਉਹਨੂੰ ਕਿਹਾ ਜਾਂਦਾ ਕਿ ਸੱਚਾਈ ਕਿਸੇ ਦੇ ਪਿੱਛੇ ਕੋਈ ਜੀ 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 ਤੁਸੀਂ ਰੱਖਿਆ ਨਾ ਜੀ ਜੀ ਚੁਗਲੀਆਂ। ਅੱਛਾ ਮਕਸਦ ਇਹਦਾ ਕਿ ਜਿੱਥੇ ਜਿੱਥੇ ਤੱਕ ਸਾਡਾ ਪ੍ਰੋਗਰਾਮ ਪਹੁੰਚਦਾ ਸਾਡਾ ਪੈਗਾਮ ਪਹੁੰਚਦਾ ਕਿ ਵੀ ਪਲੀਜ਼ ਚੁਗਲੀਆਂ ਜਿਹੜੀਆਂ ਨਾ ਬੰਦ ਕਰ ਨਾ ਕਰਿਆ ਕਰੋ ਗੁੱਡ ਠੀਕ ਹੈ ਉਹ ਅੱਛੀ ਚੀਜ਼ ਨਹੀਂ ਹੈ ਸਹੀ ਅਗਰ ਕੋਈ ਸ਼ਖਸ ਮੌਜੂਦ ਨਹੀਂ ਹੈ ਉਹ ਗੱਲ ਸੱਚੀ ਹੋਵੇ ਜਾਂ ਝੂਠੀ ਕਰਨੀ ਨਹੀਂ ਚਾਹੀਦੀ ਬਿਲਕੁਲ ਠੀਕ ਹੈ ਤੇ ਅੱਛਾ ਦੂਸਰਾ ਅਵੇਅਰਨੈਸ ਪੈਦਾ ਕਰਨ ਲਈ ਅਸੀਂ ਕਿ ਚੁਗਲੀਆਂ ਜੀ ਨਾ ਦੇਣ ਚਾਹੁੰਦੇ ਤਾਂ ਲੋਕਾਂ ਨੂੰ ਸ਼ਾਇਦ ਕੋਈ ਖਿਆਲ ਆ ਜਾਵੇ ਔਰ ਐਸਾ ਸਾਡੇ ਪ੍ਰੋਗਰਾਮ ਚ ਹੋਇਆ ਜਰਮਨ ਤੋਂ ਇੱਕ ਕਾਲ ਆਉਂਦੀ ਸੀ ਸਾਡੇ ਮੁਸਤਕਬਲ ਕਾਲਰ ਸਨ ਜੀ ਜੀ ਉਹਨਾਂ ਨੇ ਕਿਹਾ ਜੀ ਜਦੋਂ ਦਾ ਮੈਂ ਪ੍ਰੋਗਰਾਮ ਦੇਖਣਾ ਸ਼ੁਰੂ ਹੋਇਆ ਮੈਂ ਚੁਗਲੀ ਕਰਨੀ ਖੁਦ ਵੀ ਛੱਡ ਦਿੱਤੀ ਹੈ ਮਾਸ਼ਾਅੱਲਾ ਔਰ ਆਪਣੀ ਫੈਮਿਲੀ ਚ ਵੀ ਸਖਤੀ ਨਾਲ ਮਨਾ ਕਰ ਦਿੱਤਾ ਹੈ ਸਹੀ ਕਿ ਇੱਕ ਅਹਿਸਾਸ ਜਿਹੜਾ ਨਾ ਪੈਦਾ ਸ਼ੁਰੂ ਹੋਣ ਪਤਾ ਤੇ ਸਾਨੂੰ ਹੈ ਸੀ ਆਲਰੇਡੀ ਕਿ ਯਾਰ ਇੱਕ ਬੁਰੀ ਚੀਜ਼ ਹੈ ਲੇਕਿਨ ਬਾਅਦ ਟਾਈਮ ਤੁਸੀਂ ਇੱਕ ਅਹਿਸਾਸ ਪੈਦਾ ਕਰਦੇ ਹੋ ਕਿਸੇ ਦੂਸਰੇ ਚ ਜਾ ਕੇ ਕਿ ਯਾਰ ਅੱਛੀ ਚੀਜ਼ ਨਹੀਂ ਹੈ ਉਹ ਫਿਰ ਕਹਿੰਦਾ ਜਦੋਂ ਮੈਨੂੰ ਖਿਆਲ ਆਉਂਦਾ ਸੀ ਪ੍ਰੋਗਰਾਮ ਯਾਰ ਚੁਗਲੀਆਂ ਤੇ ਚੁਭਦਾ ਇੱਕ ਲਫ਼ਜ਼ ਆ ਕੇ ਨਾ ਤੇ ਇਹਦਾ ਅਮਲ ਵੀ ਨਹੀਂ ਅੱਛਾ ਇਸ ਵਜ੍ਹਾ ਤੋਂ ਅਸੀਂ ਛੱਡ ਦਿੱਤੀਆਂ ਬਹੁਤ ਅੱਛੀ ਬਾਤ ਹੈ ਫਿਰ ਬਾਅਦ ਲੋਕ ਕਹਿੰਦੇ ਨੇ ਕਿ ਜੀ ਔਰਤਾਂ ਜ਼ਿਆਦਾ ਚੁਗਲੀਆਂ ਕਰਦੀਆਂ ਨੇ ਮਰਦ ਨਹੀਂ ਕਰਦੇ ਲੇਕਿਨ ਔਰਤਾਂ ਔਰ ਮਰਦਾਂ ਦੋਵਾਂ ਦੇ ਵਿੱਚ ਅਸੀਂ ਅਗਰ ਫਸ ਜਾਵਾਂਗੇ ਨਾ ਤੇ ਫਿਰ ਕਸੂਰਵਾਰ ਦੋਵੇਂ ਹੀ ਆ ਜਾਣਗੇ ਲਿਆਦਾ ਉਹ ਵੀ ਸਾਡਾ ਹੀ ਹਿੱਸਾ ਅਸੀਂ ਵੀ ਉਹਨਾਂ ਦੇ ਜੀ ਜੀ ਤੇ ਸਾਨੂੰ ਇਤਿਆਦ ਕਰਨੀ ਚਾਹੀਦੀ ਭਾਈ ਸਾਹਿਬ ਨੇ ਜਿਹੜੀ ਗੱਲ ਦੱਸੀ ਕਿ ਇਹ ਪ੍ਰੋਗਰਾਮ ਵੇਖ ਕੇ ਮੈਂ ਚੁਗਲੀ ਕਰਨੀ ਛੱਡ ਦਿੱਤੀ ਵੈਰੀ ਗੁੱਡ ਆਈਡੀਆ ਇਹ ਬਾਤ ਨੂੰ ਸਾਨੂੰ ਅੱਛੀ ਲੱਗੀ ਹੈ ਤੇ ਬਾਕੀ ਵੀ ਸਾਥੀ ਜਿੰਨੇ ਵੀ ਦੇਖਣਗੇ ਜ਼ਾਹਿਰ ਨਿਸਬਤ ਹੁਣ ਆਏ ਲੈਣਗੇ ਕਿ ਯਾਰ ਚੁਗਲੀ ਤੋਂ ਸਾਨੂੰ ਇਤਿਆਦ ਕਰਨੀ ਚਾਹੀਦੀ ਮਨਾ ਫਰਮਾਇਆ ਗਿਆ ਬਿਲਕੁਲ ਠੀਕ ਹੈ ਤੇ ਆਪਣਾ ਚੌਧਰੀ ਇਕਰਾਮ ਸਾਹਿਬ ਅਸੀਂ ਤੁਸੀਂ ਵੀ ਮਾਸ਼ਾਅੱਲਾ ਸ਼ੋਅ ਬਿਜ਼ ਚ ਕਾਫੀ ਤੁਹਾਡੀ ਕੰਟਰੀਬਿਊਸ਼ਨ ਹੈ ਇੰਡੀਆ ਪਾਕਿਸਤਾਨ ਪੂਰੀ ਦੁਨੀਆ ਚ ਮਾਸ਼ਾਅੱਲਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਚੁਗਲੀ ਨੂੰ ਜ਼ਰਾ ਥੋੜਾ ਜਿਹਾ ਇਹਦੇ ਤੇ ਗੱਲ ਕਰੋ ਹੁਣ ਚੁਗਲੀ ਭਜਨ ਬੁਰੀ ਚੀਜ਼ ਹੈ ਬਹੁਤ ਬੁਰੀ ਚੀਜ਼ ਹੈ ਔਰ ਲੇਕਿਨ ਅਗਰ ਮੌਜੂਦ ਵੀ ਲੋਕ ਕਰਦੇ ਹੈ ਭਜਨ ਕਿ ਕਿਸੇ ਗੀਬਤ ਕਰਨਾ ਅੱਛੀ ਨਹੀਂ ਹੈ ਜੀ ਜੀ ਕਿਸੇ ਬੰਦੇ ਨਾਲ ਤੁਸੀਂ ਗੱਲ ਕਰਨੀ ਤਾਂ ਦੋ ਟਾਈਪ ਗੱਲ ਕਰ ਸਕਦੇ ਹੋ ਫਰੰਟ ਤੇ ਬੰਦਾ ਗੱਲ ਕਰਦਾ ਹੈ ਬਾਅਦ ਜਾ ਕੇ ਯਾਰ ਉਹ ਬੰਦਾ ਮੇਰੇ ਸਹਿਜ ਕਰਦਾ ਹੈ ਐਨ ਕਿਤੇ ਮੈਂ ਉਸ ਨੂੰ ਬੰਦੇ ਚੁਗਲੀ ਜਿਹੜੀ ਹੈ ਅੱਛੀ ਚੀਜ਼ ਨਹੀਂ ਹੈ ਅਸੀਂ ਵੀ ਉਸਨੂੰ ਐਕਸੈਪਟ ਕਰਦੇ ਹਾਂ ਜੀ ਚਲੋ ਇਮਰਾਨ ਸਾਹਿਬ ਕੋਲ ਵੀ ਆਉਂਦੇ ਅਸੀਂ ਪੁੱਛਣਾ ਤੇ ਅੱਛਾ ਇਰਫਾਨ ਸਾਹਿਬ ਤੁਸੀਂ ਇਹ ਦੱਸੋ ਪਹਿਲੇ ਮਾਸ਼ਾਅੱਲਾ ਬਹੁਤ ਤੁਸੀਂ ਕੰਮ ਕੀਤਾ ਹੈ ਡਰਾਮੇ 'ਚ ਇਹ ਜਿਹੜੀ ਤਬਦੀਲੀ ਇੱਕ ਅੱਲਾਹ ਤਾਲਾ ਨੇ ਖਾਸ ਕਰਮ ਤੁਹਾਡੇ ਤੇ ਕੀਤਾ ਹੈ ਇਹ ਇਹਦਾ ਮੁਹਰਕ ਕੀ ਬਣਿਆ ਸੀ ਅਸਲ ਵਿੱਚ ਅਕਸਰ ਸਾਥੀ ਕਹਿੰਦੇ ਨੇ ਅੱਛੇ ਦੋਸਤ ਦੀ ਸੋਭਤ ਮਿਲ ਜਾਏ ਤੇ ਬਾਤ ਬਣ ਜਾਂਦੀ ਹੈ ਕੁਛ ਦੋਸਤ ਇੱਥੇ ਮਿਲ ਗਏ ਸਨ ਇਸੇ ਫੀਲਡ ਦੇ ਵਿੱਚ ਥੀਏਟਰ ਦੀ ਫੀਲਡ ਦੇ ਵਿੱਚ ਟੀਵੀ ਦੇ ਫੀਲਡ ਦੇ ਵਿੱਚ ਜਿਨ੍ਹਾਂ ਨੇ ਇਸ ਬਾਤ ਤੋਂ ਵੀ ਸਾਨੂੰ ਆਗਾਹ ਕੀਤਾ ਕਿ ਇੱਥੇ ਅਸੀਂ ਨਹੀਂ ਰਹਿਣਾ ਅਸੀਂ ਇੱਥੋਂ ਜਾਣਾ ਹਰ ਹਾਲ ਵਿੱਚ ਜਾਣਾ ਫਿਰ ਉਹਨਾਂ ਨੇ ਕੁਛ ਮਿਸਾਲਾਂ ਦਿੱਤੀਆਂ ਕਿ ਹਜ਼ਰਤ ਨੂਹ ਅਲੈਹਿਸ ਸਲਾਮ ਦੀ ਉਮਰ 950 ਸਾਲ ਸੀ ਦਾਵਤ ਦੀ ਉਮਰ ਉਮਰ 1000 ਜਾਂ 1.5 ਸਾਲ ਹੋਏਗੀ 1.5 ਹਜ਼ਾਰ ਸਾਲ ਹੋ ਗਈ ਤੇ ਉਹ ਦੁਨੀਆਂ ਤੋਂ ਪਰਦਾ ਫਰਮਾ ਗਿਆ ਫਿਰ ਉਹ ਸੁਣਦਾ ਕਿ ਜਿਨ੍ਹਾਂ ਦੀ ਖਾਤਰ ਕਾਇਨਾਤ ਅੱਲਾਹ ਸੁਬਾਨ ਤਖਲੀਕ ਕੀਤੀ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਉਹ ਦੁਨੀਆਂ ਤੋਂ ਪਰਦਾ ਫਰਮਾ ਗਏ ਜ਼ਿਆਦਾ ਇਹ ਸਾਡੀ ਕਿਆਮਗਾ ਨਹੀਂ ਹੈਗੀ ਇਹ ਸਫ਼ਰ ਹੈਗਾ ਜਾਣਾ ਅਸੀਂ ਇੱਥੋਂ ਸਰਾਏ ਜਿਸ ਤਰ੍ਹਾਂ ਥੋੜ੍ਹੀ ਦੇਰ ਲਈ ਰੁਕੇ ਤੇ ਗਏ ਅੱਗੇ ਨਿਕਲ ਗਏ ਤੇ ਉਹ ਲਿਖਿਆ ਜੀ ਇਹ ਮਾਮਲਾ ਜਿਹੜਾ ਸਾਡਾ ਅਗਲਾ ਕਿਵੇਂ ਸਹੀ ਹੋਗਾ ਉਹ ਮਾਲ ਆਏਗਾ ਬੇਸ਼ੱਕ ਬੜੀ ਅੱਛੀ ਬਾਤ ਕੀਤੀ ਉਹਨਾਂ ਕਿ ਜੀ ਮੁਸਲਮਾਨਾਂ ਦੀ ਕਾਮਯਾਬੀ ਨਾਕਾਮੀ ਦੇ ਜੇ ਮਿਆਰ ਉਹ ਅਮਾਲ ਦੇ ਬਦਲੇ ਨਹੀਂ ਹੈਗੇ ਹਾਲਾਤ ਦੇ ਬਦਲੇ ਨਹੀਂ ਹੈਗੇ
ਮੁਲਕ ਮਾਲ ਦੌਲਤ ਦੇ ਬਦਲੇ ਨਹੀਂ ਹੈਗੇ ਕਿ ਮੈਨੂੰ ਮੁਲਕ ਮਾਲ ਅਹੁਦਾ ਦੌਲਤ ਮਿਲ ਜਾਏ ਤੇ ਮੈਂ ਬੜਾ ਅੱਛਾ ਕਾਮਯਾਬੀ ਵਾਲੀ ਜ਼ਿੰਦਗੀ ਗੁਜ਼ਾਰ ਕੇ ਚਲੇ ਜਾਵਾਂਗਾ ਜਾਂ ਅੱਗੇ ਮੇਰਾ ਇਹ ਕੰਮ ਆਏਗਾ। ਅੱਗੇ ਮਾਮਲਾ ਹੈ ਹੀ ਨਹੀਂ ਹੈ, ਨਾ ਮੇਰੇ ਡਰਾਮੇ ਕੰਮ ਆਉਣਗੇ, ਨਾ ਆਡੀਓ ਵੀਡੀਓ, ਨਾ ਫਿਲਮ ਕੰਮ ਹੈਗੀ, ਅੱਗੇ ਅਮਾਲ ਕੰਮ। ਫਿਰ ਅਸੀਂ ਕਹੀ ਜੀ ਅਸੀਂ ਕੀ ਕਰੀਏ ਹੁਣ? ਉਹਨੇ ਕਿਹਾ ਜੀ ਪਹਿਲੇ ਤਾਂ ਦੇਖੋ, ਅਗਰ ਤਾਂ ਅੱਲਾਹ ਪਾਕ ਨੇ ਤੁਹਾਨੂੰ ਇਸਤਦਾਦ ਦਿੱਤੀ ਤਾਂ ਫਿਰ ਹੱਜ ਕਰੋ ਤਾਂ ਕਿ ਪਿਛਲਾ ਖਾਤਾ ਖਤਮ ਹੋ ਜਾਏ। ਉਹ ਐਸਾ ਹੀ ਹੋਇਆ, ਅੱਲਾਹ ਪਾਕ ਨੇ ਹੱਜ ਕਰਨ ਦੀ ਤੌਫੀਕ ਅਤਾ ਫਰਮਾਈ।